ਗਲਾ ਕੱਟ ਕੇ ਕਿਸਾਨ ਦਾ ਕੀਤਾ ਕਤਲ, ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ। ਸਿਰ ਤੇ ਮੌਜੂਦ ਸੀ ਸੱਟਾਂ ਦੇ ਨਿਸ਼ਾਨ, ਮੋਟਰ ਤੇ ਖੂਨ ਨਾਲ ਲਥਪਥ ਮਿਲੀ ਕਿਸਾਨ ਦੀ ਲਾਸ਼। ਦੱਸਦੀ ਕਿ ਇੱਕ ਕਿਸਾਨ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ, ਜਿੱਥੇ ਮ੍ਰਿਤਕ ਦਾ ਗਲਾ ਤੇਜ਼ ਧਾਰ ਹਥਿਆਰਾਂ ਦੇ ਨਾਲ ਕੱਟਿਆ ਹੋਇਆ ਸੀ ਤੇ ਸਿਰ ਤੇ ਵੀ ਸੱਟਾਂ ਦੇ ਨਿਸ਼ਾਨ ਮੌਜੂਦ ਸੀ ਤੇ ਖੂਨ ਨਾਲ ਲਥਪਥ ਉਸਦੀ ਲਾਸ਼ ਖੇਤ ਦੀ ਮੋਟਰ ਤੋਂ ਬਰਾਮਦ ਹੋਈ। ਮ੍ਰਿਤਕ ਦੀ ਪਹਿਚਾਣ ਬਲਵੀਰ ਸਿੰਘ ਦੇ ਰੂਪ ਵਜੋਂ ਹੋਈ ਤੇ ਪੁਲਿਸ ਦੇ ਵੱਲੋਂ ਹੁਣ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਮੈਂਬਰ ਨੇ ਦੱਸਿਆ ਕਿ ਕਿਸਾਨ ਬਲਵੀਰ ਸਿੰਘ ਨੂੰ ਰਾਤ 1:30 ਵਜੇ ਦੇ ਕਰੀਬ ਕਿਸੇ ਦਾ ਫੋਨ ਆਇਆ ਸੀ, ਜਿਸ ਤੋਂ ਬਾਅਦ ਉਹ ਘਰੋਂ ਚਲਾ ਗਿਆ ਤੇ ਸਵੇਰੇ ਉਹਨਾਂ ਨੂੰ ਪਤਾ ਲੱਗਿਆ ਕਿ ਉਸਦੀ ਲਾਸ਼ ਉਹਨਾਂ ਦੇ ਭਰਾ ਦੀ ਮੋਟਰ ਤੇ ਪਈ ਹੋਈ ਸੀ, ਜੋ ਕਿ ਖੂਨ ਨਾਲ ਲਥਪਥ ਸੀ। ਜਿਸ ਤੋਂ ਬਾਅਦ ਸਾਡੇ ਵੱਲੋਂ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ, ਜਿੱਥੇ ਕਰੀਬ 1:30 ਵਜੇ ਉਸ ਕਿਸਾਨ ਨੂੰ ਫੋਨ ਆਉਂਦਾ ਹੈ। ਫੋਨ ਸੁਣ ਕੇ ਉਹ ਘਰੋਂ ਚਲਾ ਜਾਂਦਾ ਹੈ ਤੇ ਅਗਲੇ ਦਿਨ ਸਵੇਰੇ ਉਸਦੀ ਲਾਸ਼ ਮੋਟਰ ਤੋਂ ਮਿਲਦੀ ਹੈ, ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਜਾਂਦੀ ਹੈ ਤੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਪੁਲਿਸ ਨੇ ਲਾਸ਼ ਨੂੰ ਬਰਾਮਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਕਤਲ ਕਿਸਨੇ ਕੀਤਾ, ਇਸਦੀ ਕੀ ਵਜ੍ਹਾ ਰਹੀ, ਇਸਦਾ ਕੋਈ ਵੀ ਪਤਾ ਨਹੀਂ ਲੱਗ ਪਾਇਆ, ਪਰ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ। ਉਹਨਾਂ ਨੂੰ ਰਾਤ ਇੱਥੋਂ ਕੋਈ ਘਰੋਂ ਬੁਲਾ ਕੇ ਲੈ ਗਏ, ਇਹ ਨਹੀਂ ਪਤਾ ਵੀ ਹੁਣ ਕਿੰਨੇ ਵਜੇ ਰਾਤ ਬੁਲਾ ਕੇ ਲਗਾਏ ਨੇ, ਔਰ ਉਹਨਾਂ ਨੂੰ ਲਿਜਾ ਕੇ ਇੱਥੋਂ 2.5-2 ਕਿਲੋਮੀਟਰ ਇੱਕ ਬਾਹਰ ਮੋਟਰ ਏ, ਮੋਟਰਾਂ ਵੀ ਜਿਹੜੀਆਂ ਇਹਨਾਂ ਦੀਆਂ ਤਿੰਨਾਂ ਭਰਾਵਾਂ ਦੀਆਂ, ਸਰਦਾਰ ਵਿਰਸਾ ਸਿੰਘ, ਬਲਵੀਰ ਸਿੰਘ ਅਤੇ ਜਗਰਾਜ ਸਿੰਘ ਦੀਆਂ, ਔਰ ਇੱਕ ਮੋਟਰ 'ਤੇ ਲਿਜਾ ਕੇ ਉਹਨੂੰ ਜਿਹੜਾ ਉਹਦਾ ਉਹਨੂੰ ਸੱਟਾਂ ਸੁੱਟਾਂ ਲਾ ਕੇ ਔਰ ਉਹਦਾ ਜਿਹੜਾ ਇਹ ਗਲ ਦੋਵਾਂ ਬੰਨਿਆਂ ਤੋਂ ਵੱਢ ਕੇ ਥੋੜ੍ਹਾ ਜਿਹਾ ਹੀ ਹੁਣ ਗਲ ਜਿਹੜਾ ਰਿਹਾ, ਅਤੇ ਉਹਦਾ ਰਾਤ ਜਿਹੜਾ ਉਹਨੂੰ ਕੋਈ ਉਹ ਮਾਰ ਗਿਆ, ਮਰਡਰ ਕਰ ਦਿੱਤਾ। ਅਤੇ ਹੁਣ ਜਿਹੜੀ ਉਹ ਸਵੇਰੇ ਅਸੀਂ ਉਹਦੀ ਭਾਲ ਕੀਤੀ ਵੀ ਉਹਨੂੰ ਪਤਾ ਕਰੀਏ ਵੀ ਕਿੱਥੇ, ਜਦੋਂ ਘਰ ਹੈ ਨਹੀਂ ਸੀ। ਅਤੇ ਉਸ ਤੋਂ ਬਾਅਦ ਫਿਰ ਉੱਧਰੋਂ ਜਿਹੜੇ ਮੋਟਰ 'ਤੇ ਕੋਈ ਸਿੰਘ ਗਿਆ, ਉਹਨੇ ਵੇਖਿਆ ਵੀ ਉਹ ਜਿਹੜਾ ਉੱਥੇ ਉਹਦਾ ਮਰਡਰ ਹੋਇਆ ਸੀ ਰਾਤ, ਅਤੇ ਇਸ ਕਰਕੇ ਉਹਨਾਂ ਨੇ ਮੁੜ ਕੇ ਦੱਸਿਆ, ਫਿਰ ਸਾਰੇ ਉੱਥੇ ਗਏ ਹਾਂ। ਹੁਣ ਪੁਲਿਸ ਹੈ ਜਿਹੜੀ ਉਹ DSP ਸਾਰ ਸੁਲਤਾਨਪੁਰ ਲੋਧੀ ਔਰ SHO ਥਾਣਾ ਕਬੀਰਪੁਰ, ਉਹ ਜਿਹੜੇ ਆਏ ਨੇ ਤਹਿਕੀਕਾਤ ਕਰ ਰਹੇ ਨੇ, ਔਰ ਤਹਿਕੀਕਾਤ ਤੋਂ ਹੁਣ ਪਤਾ ਲੱਗੂਗਾ ਵੀ ਰਾਤ ਉਹਦੇ ਨਾਲ ਭਾਣਾ ਕੀ ਵਾਪਰਿਆ, ਕਿੰਨੇ ਮਾਰਿਆ, ਕਿੰਨੇ ਨਹੀਂ ਮਾਰਿਆ। ਔਰ ਪ੍ਰਸ਼ਾਸਨ ਤੋਂ ਅਸੀਂ ਪੁਰਜ਼ੋਰ ਮੰਗ ਕਰਦੇ ਹਾਂ ਵੀ ਇਹਦਾ ਜਿਹੜਾ ਉਹ ਕਾਤਲ ਨੇ ਉਹਨਾਂ ਨੂੰ ਲੱਭ ਕੇ ਪਤਾ ਕਰਕੇ ਅਤੇ ਉਹਨਾਂ 'ਤੇ ਜਿਹੜੀ ਬਣਦੀ ਕਾਨੂੰਨੀ ਗੁਰਾਈ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਕੌਣ ਘਰ ਦੇ ਵਿੱਚ, ਕੌਣ ਹੈ ਜੀ? ਘਰ ਦੇ ਵਿੱਚ ਇਹਦੇ 2 ਬੇਟੇ ਨੇ, ਇੱਕ ਬੇਟਾ ਅਤੇ ਨੂੰਹ ਜਿਹੜੀ ਇੰਗਲੈਂਡ ਨੇ, ਦੂਸਰਾ ਬੇਟਾ ਜਿਹੜਾ ਉਹ ਫੌਜ 'ਚ ਹੈਗਾ, ਫੌਜੀ ਏ, ਅਤੇ ਘਰ ਦੇ ਵਿੱਚ ਇੱਕ ਪੋਤਰਾ ਹੈ ਅਤੇ ਇਹਨਾਂ ਦੀ ਨੂੰਹ ਹੈ ਅਤੇ ਇਹ ਆ ਬਲਵੀਰ ਸਿੰਘ ਸੀ। ਹਥਿਆਰ ਵੀ ਮੌਕੇ ਕੋਈ ਬਰਾਮਦ ਹੋਇਆ? ਹਥਿਆਰ ਜਿਹੜਾ ਉਹ ਹੋਰ ਤਾਂ ਨਹੀਂ ਕੋਈ ਬਰਾਮਦ ਹੋਇਆ, ਇੱਕ ਟਕੂਆ ਹੁੰਦਾ ਹੈ ਟਕੂਆ, ਉਹ ਟਕੂਆ ਜਿਹੜਾ ਉੱਥੋਂ ਬਰਾਮਦ ਹੋਇਆ। ਬਾਕੀ ਜਿਹੜਾ ਉਹ ਜਿਵੇਂ ਸੱਟਾਂ ਲੱਗੀਆਂ, ਬਾਕੀ ਹੁਣ ਪੁਲਿਸ ਜਿਹੜੀ ਉਹ ਤਹਿਕੀਕਾਤ ਕਰੇਗੀ, ਉਹ ਤੋਂ ਸਾਰਾ ਪਤਾ ਲੱਗੇਗਾ ਵੀ ਕਿਹੜੇ ਹਥਿਆਰ ਨਾਲ ਉਹਨੂੰ ਮਾਰਿਆ ਗਿਆ, ਗਲ ਵੱਢਿਆ ਗਿਆ, ਕਿਹੜੇ ਹਥਿਆਰ ਨਾਲ। ਨਿਸ਼ਾਨ ਜਿਹੜਾ ਉਹਦਾ ਇੱਕ ਤਾਂ ਸਿਰ ਸਾਰਾ ਜਿਹੜਾ ਉਹ ਫਿੱਸਿਆ ਪਿਆ, ਸਿਰ ਵੱਢਿਆ, ਅਤੇ ਇੱਕ ਜਿਹੜਾ ਆ ਗਲਾ ਜਿਹੜਾ ਇਹ ਦੋਵਾਂ ਬੰਨਿਆਂ ਤੋਂ ਗਲਾ ਇੱਧਰੋਂ ਵੀ ਕੱਟਿਆ, ਇੱਧਰੋਂ ਦੋਵਾਂ ਸਾਈਡਾਂ ਤੋਂ ਜਿਹੜਾ ਉਹ ਗਲਾ ਕੱਟਿਆ। ਕੋਈ ਦੁਸ਼ਮਣੀ ਕੁਛ ਨਾ ਵਜ੍ਹਾ ਰੰਜਿਸ਼ ਕੋ ਸਾਹਮਣੇ ਆਈ ਹਾਲੇ ਤੱਕ? ਦੇਖੋ ਕਿਸੇ ਨਾਲ ਉਹਦੀ ਦੁਸ਼ਮਣੀ ਨਹੀਂ ਸੀ, ਕਿਸੇ ਨਾਲ ਕੋਈ ਸਾਨੂੰ ਤਾਂ ਹੈ ਨਹੀਂ ਗਾ ਵੀ ਕੋਈ ਉਹਦੀ ਰੰਜਿਸ਼ ਸੀ ਕਿਸੇ ਨਾਲ। ਅਤੇ ਬਾਕੀ ਉਹਦਾ ਜਿਹੜਾ ਕਈਆਂ ਬੰਦਿਆਂ ਨਾਲ ਪੈਸਿਆਂ ਦਾ ਲੈਣ ਦੇਣ ਵੀ ਇਹੀ ਹੈ ਸੀ। ਹੁਣ ਇਹ ਕੁਛ ਨਹੀਂ ਕਹਿ ਸਕਦੇ ਵੀ ਕਿ ਜਿਵੇਂ, ਕਿਉਂਕਿ ਪੁਲਿਸ ਤਹਿਕੀਕਾਤ ਕਰ ਰਹੀ ਹੈ ਵੀ ਉਹਨੂੰ ਕਿਹਨੂੰ ਫੋਨ ਕੀਤੇ ਉਹਨੇ, ਕਿਹਦੇ ਫੋਨ ਉਹਨੂੰ ਆਏ ਆ ਰਾਤ, ਅਤੇ ਉਹਨਾਂ ਤੋਂ ਜਿਹੜਾ ਵੀ ਉਹ ਸਾਰਾ ਚਾਨਣ ਹੋਏਗਾ। ਪੁਲਿਸ ਹੈ ਜਿਹੜੀ ਉਹ ਦੱਸੇਗੀ ਹੁਣ ਵੀ ਰਾਤ ਉਹਦੇ ਨਾਲ ਭਾਣਾ ਕੀ ਵਾਪਰਿਆ ਅਤੇ ਕਿੰਨੇ ਮਾਰਿਆ।
ਘਟਨਾ ਹੋਈ ਆ ਉਹ ਮੇਰੇ ਭੂਆ ਜੀ ਦਾ ਬੇਟਾ ਸੀ ਸਰਦਾਰ ਬਲਵੀਰ ਸਿੰਘ ਜਿਨ੍ਹਾਂ ਦਾ ਰਾਤ ਕੋਈ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ। ਰਾਤ 8 ਵਜੇ ਘਰ ਆਏ ਸੀਗੇ। ਘਰ ਆ ਕੇ ਇੱਕ ਨਾ ਪਤਾ ਲੱਗਾ ਨੂੰਹ ਰਾਣੀ ਤੋਂ ਵੀ ਉਹ ਸੌਂ ਗਏ ਸੀਗੇ। ਉਸ ਤੋਂ ਬਾਅਦ 'ਚ ਕੋਈ ਉਹਨਾਂ ਨੂੰ ਫੋਨ ਕਾਲ ਆਉਂਦੀ ਆ, ਫੋਨ ਕਾਲ 'ਤੇ ਉਹ ਜਾਂਦੇ ਆ, ਰਾਤ ਵਾਪਸ ਨਹੀਂ ਆਉਂਦੇ। ਸਵੇਰੇ ਪਤਾ ਕਰਨ 'ਤੇ ਸਾਨੂੰ ਪਤਾ ਲੱਗਾ ਕਿਸੇ ਵਿਅਕਤੀ ਦਾ ਕਾਲ ਆਈ ਆ, ਉਹ ਕਹਿੰਦੇ ਜੀ ਤੁਹਾਡੀ ਮੋਟਰ 'ਤੇ ਉਹਨਾਂ ਦਾ ਕਤਲ ਹੋਇਆ ਪਿਆ। ਉੱਥੋਂ ਸਾਨੂੰ ਪਤਾ ਲੱਗਾ ਵੀ ਉਹ ਉਹਨਾਂ ਦਾ ਰਾਤ ਕਿਸੇ ਨੇ ਬੁਲਾ ਕੇ ਫੋਨ 'ਤੇ ਕਤਲ ਕਰ ਦਿੱਤਾ। ਦੱਸ ਰਿਹਾ ਕਿ ਕੋਈ ਪੈਸਿਆਂ ਦਾ ਵੀ ਲੈਣ ਦੇਣ ਸੀ ਕਿਸੇ ਨਾਲ? ਨਹੀਂ, ਪੈਸਿਆਂ ਦਾ ਵੀਰ ਜੀ ਇੱਦਾਂ ਆ, ਫਾਈਨੈਂਸ਼ੀਅਲੀ ਕਾਇਮ ਸੀਗੇ। ਬੇਟਾ ਇੱਕ ਫੌਜ 'ਚ ਆ, ਇੱਕ ਬੇਟਾ ਇੰਗਲੈਂਡ ਆ, ਨੂੰਹ ਇੰਗਲੈਂਡ ਆ, ਫਾਈਨੈਂਸ਼ੀਅਲੀ ਕਾਇਮ ਸੀਗੇ। ਪੈਸਿਆਂ ਦਾ ਪਿੰਡਾਂ ਦੇ ਵਿੱਚ ਲੈਣ ਦੇਣ ਹੁੰਦਾ ਹੀ ਆ, ਵੀ ਮੰਨ ਲਓ ਕਾਫੀ ਪੈਸੇ ਜਿਹੜੇ ਲੋਕਾਂ ਨੂੰ ਦਿੱਤੇ ਹੋਏ ਸੀਗੇ ਜਿਹੜੇ ਪਿੰਡ ਦੇ ਵਿੱਚ। ਹੁਣ ਉਹ ਪੈਸਾ ਕੋਈ ਕਾਰਨ ਬਣਿਆ ਜਾਂ ਕੋਈ ਹੋਰ ਕੋਈ ਕਾਰਨ ਬਣਿਆ ਉਹਦਾ ਹਜੇ ਇਨਵੈਸਟੀਗੇਸ਼ਨ ਦੇ ਅਧੀਨ ਆ, ਉਹ ਇਨਵੈਸਟੀਗੇਸ਼ਨ ਦੱਸੇਗੀ ਕੀ ਬਣਦਾ। ਡੀ ਆਪਣੇ SHO ਆਪਣੇ ਕਬੀਰਪੁਰ, DSP ਸੁਲਤਾਨਪੁਰ ਲੋਧੀ ਮੌਕੇ 'ਤੇ ਪਹੁੰਚੇ ਸੀਗੇ। ਇੱਕ ਬੰਦਾ ਸਾਨੂੰ ਪਤਾ ਲੱਗਾ ਵੀ ਕੋਈ ਉਹਨਾਂ ਨੇ ਸ਼ੱਕ ਦੇ ਭੇਵ 'ਤੇ ਲਗਾਇਆ ਉਹਨੂੰ। ਹੁਣ ਕੀ ਇਨਵੈਸਟੀਗੇਸ਼ਨ ਕਰਦੀ ਆ, ਹਜੇ ਬੋਡੀ ਪੋਸਟਮਾਰਟਮ ਵਾਸਤੇ ਵੀ ਨਹੀਂ ਗਈ, ਅਤੇ ਇਨਵੈਸਟੀਗੇਸ਼ਨ 'ਤੇ ਪਤਾ ਲੱਗੇਗਾ ਕੀ ਬਣਦਾ। ਹਥਿਆਰ ਇੱਕ ਜਦੋਂ ਅਸੀਂ ਗਏ ਹਾਂ ਉੱਥੇ ਕ੍ਰਾਈਮ ਸੀਨ 'ਤੇ, ਇੱਕ ਖਾਡੇ ਦੇ ਵਿੱਚ ਲਾਗੇ ਜਿਹੜਾ ਮੋਟਰ ਵਾਲਾ ਚਲਾ ਹੁੰਦਾ ਉਹਦੇ ਵਿੱਚ ਇੱਕ ਟਕੂਆ ਪਿਆ ਸੀਗਾ, ਉਹਦੇ ਵਿੱਚ ਇੱਕ ਟਕੂਆ ਪਿਆ ਸੀਗਾ। ਹੁਣ ਉਹ ਟਕੂਆ ਜਿਹੜਾ ਮੰਨ ਲਓ ਜਿਹੜੇ ਬੰਦਿਆਂ ਨੇ ਵਾਰਦਾਤ ਕੀਤੀ ਆ ਉਹਨਾਂ ਦਾ ਜਾਂ ਕਿਸੇ ਹੋਰ ਦਾ ਜਾਂ ਕਿਸ ਤਰ੍ਹਾਂ, ਉਹ ਇਨਵੈਸਟੀਗੇਸ਼ਨ ਦੇ ਅਧੀਨ ਆ, ਉਹ ਇਨਵੈਸਟੀਗੇਸ਼ਨ 'ਤੇ ਪਤਾ ਲੱਗੇਗਾ। ਬੜਾ ਬੇਰਹਿਮੀ ਦੇ ਨਾਲ ਜਿਹੜਾ, ਬਿਲਕੁਲ ਅਸਲ ਦੇ ਵਿੱਚ ਕਤਲ ਤਾਂ ਹੁੰਦਾ ਹੀ ਬੇਰਹਿਮੀ ਨਾਲ ਆ। ਇਹ ਤਾਂ ਜਿਹੜਾ ਬੇਰਹਿਮੀ ਜਿਹੜਾ ਇਨਸਾਨ ਮੰਨ ਲਓ ਆਪਣੀ ਇਨਸਾਨੀਅਤ ਮਾਰ ਕੇ ਕਿਸੇ ਨੂੰ ਮਾਰਦਾ ਆ, ਕਿਸੇ ਪਸ਼ੂ ਨੂੰ ਸੋਟਾ ਨਹੀਂ ਮਾਰਿਆ ਜਾਂਦਾ, ਜਿਹਨੇ ਵੀ ਕੀਤਾ ਉਹਨੇ ਪੱਥਰ ਦੇ ਲੋ ਕੇ ਕੀਤਾ ਆ। ਜਿਹੜੇ ਉਹਨਾਂ ਦੇ ਉੱਤੇ ਅਸੀਂ ਹੁਣ ਦੇਖੇ ਆ ਟਾਕਾ ਸਰੀਰ ਦੇ ਉੱਤੇ ਧੋਣ ਦੇ ਉੱਤੇ ਟਾਕਾ, ਸਿਰ ਸਾਰਾ ਫਿੱਸਿਆ ਪਿਆ, ਬਹੁਤ ਬੇਰਹਿਮੀ ਨਾਲ, ਜਿੱਦਾਂ ਕੋਈ ਰਾਕਸ਼ਸ ਵਿਅਕਤੀ ਦਾ ਬੰਦਾ ਹੀ ਕਰ ਸਕਦਾ।